ਸਰ ਵੋਟਾਂ ਲਈ ਤਾਂ ਹਰ ਵਾਰ ਆਉਂਦੇ ਆ, ਹਰ ਵਾਰ ਵਾਅਦੇ ਕਰਦੇ ਆ, ਇਹ ਇਹਨਾਂ ਦਾ ਕੋਈ ਹੱਲ ਨਹੀਂ। ਵੋਟਾਂ ਦੇ ਵੇਲੇ ਤਾਂ ਹੁਣ ਆ ਜਾਣਗੇ, ਆ ਕੇ ਵਾਅਦੇ ਵੀ ਕਰ ਜਾਣਗੇ, ਸ਼ਾਇਦ ਹੁਣ ਫਿਰ ਆ ਜਾਣਗੇ, ਹਾਂਜੀ ਅਸੀਂ ਕਰ ਦਿਆਂਗੇ, ਕੋਈ ਪੱਕਾ ਹੱਲ ਨਹੀਂ ਕਰਦੇ। ਵੋਟਾਂ ਦੇ ਨਾਲ ਲੀਡਰ ਵੱਜੇ ਹੋਏ ਆ ਤੇ ਲੋਕਾਂ ਨੂੰ ਉਹ ਬੇਵਕੂ ਬਣਾਉਂਦੇ ਆ, ਉਸ ਤੋਂ ਬਾਅਦ ਫਿਰ ਨਹੀਂ ਕੋਈ ਪਸਾਰ ਲੈਂਦਾ ਸਾਡੀ ਆ ਕੇ ਇੱਥੇ, ਠੀਕ ਆ। ਸਰਕਾਰਾਂ ਆਉਂਦੀਆਂ ਜਾਂਦੀਆਂ ਬਣੀ ਜਾਂਦੀਆਂ, ਆਫਿਸਰ ਵੀ ਆਉਂਦੇ ਆ, ਲੀਡਰ ਵੀ ਆਉਂਦੇ ਆ, ਕੋਈ ਸਾਰ ਨਹੀਂ ਲੈਂਦਾ। ਵੋਟਾਂ ਵੇਲੇ ਜ਼ਰੂਰ ਆਉਣਗੇ ਸਾਡੇ ਕੋਲ, ਹੁਣ ਆ ਕੇ ਜਿਵੇਂ ਕਹਿ ਲਓ ਕਿ ਮੌਕੇ 'ਤੇ ਆ ਕੇ ਹਰੇਕ ਨੂੰ ਬਾਪੂ ਕਹਿਣ ਤੱਕ ਜਾਂਦੇ ਆ। ਸੋਰੀ ਮੈਂ ਥੋੜ੍ਹਾ ਇਹ ਵਰਡ ਵਰਤਦਾ ਪਿਆ, ਪਰ ਹੈ ਸੱਚਾਈ ਆ। ਹੁਣ ਆ ਕੇ ਬਾਪੂ ਵੀ ਕਹਿਣਗੇ, ਪਰ ਬਾਅਦ 'ਚ ਕੋਈ ਨਹੀਂ ਪੁੱਛਦਾ ਕੌਣ ਕਿੱਥੇ ਆ। ਇਹਦੀ ਖਾਤਰ ਸਾਨੂੰ ਮਿਹਨਤਾਂ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਅਤੇ ਪਤਾ ਨਹੀਂ ਕਦੋਂ ਹੱਲ ਹੋਣਾ। ਸਾਡੇ ਕੋਲ ਨਾ ਇੱਥੇ ਜਿਹੜਾ ਨਾਲਾ ਬਣਿਆ ਹੋਇਆ, ਤੁਸੀਂ ਪਿਛਲੇ ਪਾਸੇ ਦੇਖ ਸਕਦੇ ਹੋ, ਅਸਲੀ ਤਾਂ ਜਦੋਂ ਦਾ ਬਣਿਆ ਉਦੋਂ ਦੀ ਸਮੱਸਿਆ ਇਹ, ਪਰ ਉਸ ਤੋਂ ਬਾਅਦ ਕੀ ਹੋਇਆ, ਜਦੋਂ ਆ ਪਿੱਛੇ ਬਾਰਿਸ਼ਾਂ ਪਈਆਂ ਉਹਦੇ ਨਾਲ ਜਿਹੜਾ ਨਾਲਾ ਸੀਗਾ ਉਹ ਅੱਗੇ ਬਿਲਡਿੰਗ ਬਣ ਚੁੱਕੀ, ਉਹਦੇ ਕੋਲ ਡਿੱਗ ਗਿਆ ਸਾਰਾ ਇਹ। ਉਸ ਤੋਂ ਬਾਅਦ ਉਹ ਨਾਲਾ ਜਿਹੜਾ ਬਿਲਡਿੰਗ ਬਣਦੀ ਆ, ਉਹਨਾਂ ਨੇ ਅਸੀਂ ਉਹਨਾਂ ਨੂੰ ਨਹੀਂ ਕਹਿੰਦੇ ਕਿ ਉਹਨਾਂ ਨੇ ਕੀਤਾ, ਪਰ ਉਹਨਾਂ ਨੇ ਆਪਦੇ ਜਗ੍ਹਾ ਨਾਲ ਬੰਦ ਕਰਤਾ ਉੱਥੋਂ। ਉਹ ਬੰਦ ਕਰਨ ਦੇ ਨਾਲ ਜਿਹੜਾ ਸਾਰਾ ਪਿੱਛੋਂ ਪਾਣੀ ਆ ਰਿਹਾ ਗੰਦਾ, ਉਹ ਸਾਰਾ ਪਾਣੀ ਇੱਥੇ ਇਸ ਪਲਾਟ ਦੇ ਵਿੱਚ ਇਕੱਠਾ ਹੋ ਰਿਹਾ ਤੇ ਨਾਲ ਜਿਹੜਾ ਹੈ ਜਿਹੜੀ ਇੰਟਰਲੋਕ ਟਾਇਲ ਲੱਗੀ ਹੋਈ ਹੈ ਇਹਦੇ ਵਿੱਚ ਪੈ ਰਿਹਾ ਜੀ। ਅਸੀਂ ਇਹਦੇ ਸੰਬੰਧ 'ਚ ਸੰਬੰਧਿਤ ਮਹਿਕਮੇ ਨੂੰ ਮਿਲੇ ਹਾਂ ਤੇ ਅਸੀਂ ਪਹਿਲਾਂ ਲਿਖਤੀ ਦੇ ਕੇ ਆਏ, ਜਿਹਦੇ ਵਿੱਚ ਆ ਤੁਹਾਨੂੰ ਦਿਖਾ ਦਿੰਦਾ, 29 ਦੱਸਦੇ ਸੀ ਲਿਖਤੀ ਦੇ ਕੇ ਆਏ ਸੀਗੇ ਤੇ ਉੱਥੋਂ ਰਿਸੀਵਿੰਗ ਵੀ ਲੈ ਕੇ ਆਏ ਹਾਂ ਤੇ ਉਦਣ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤੁਹਾਡਾ ਹੱਲ ਅਸੀਂ 2 ਜਾਂ 3 ਦਿਨ ਦੇ ਵਿੱਚ ਕਰ ਦਿਆਂਗੇ, ਤਾਂ ਤੁਸੀਂ ਡੇਟ ਦੇਖ ਲਓ ਇਹਦੀ ਕਿੰਨੀ ਹੈ, 29-10 ਦੀ ਰਿਸੀਵਿੰਗ ਲਈ ਵੀ ਆ। ਉਸ ਤੋਂ ਬਾਅਦ ਵੀ ਸਾਡੇ ਕੋਲ ਕੋਈ ਵੀ ਮਹਿਕਮੇ ਦਾ ਇੱਕ ਵੀ ਬੰਦਾ ਆ ਕੇ ਕਿਸੇ ਨੇ ਸਾਰ ਨਹੀਂ ਲਿਆ। ਪਾਣੀ 1-2 ਵਾਰੀ ਕੱਢ ਕੇ ਲੈ ਗਏ ਤੇ ਉਹ 2-3 ਘੰਟੇ ਦੇ ਵਿੱਚ ਫਿਰ ਭਰ ਜਾਂਦਾ। ਅਸੀਂ ਫਿਰ ਜਾ ਕੇ ਮਿਲ ਕੇ ਆਏ ਕਿ ਸਰ ਕੋਈ ਹੱਲ ਕਰੋ, ਇਹਦਾ ਅਸੀਂ ਬਿਮਾਰ ਹੋ ਰਹੇ ਹਾਂ, ਨਾਲ ਸਾਡੇ ਡੈਂਟਲ ਹਸਪੀਟਲ ਆ, ਇੱਥੇ ਪੇਸ਼ੈਂਟ ਵੀ ਆਉਂਦੇ ਆ ਤੇ ਡਾਕਟਰ ਸਾਹਿਬ ਖੜੇ ਆ ਤੇ ਇਹ ਖੜੇ ਆ, ਸਾਡੇ ਸਾਰੇ ਹੀ ਜਿਹੜੇ ਇੱਥੋਂ ਏਰੀਏ ਦੀਆਂ ਦੁਕਾਨਾਂ ਵਾਲੇ ਇੰਨੇ ਔਖੇ ਆ ਕਿ ਸਾਨੂੰ ਆਪਦੇ ਦਫ਼ਤਰ 'ਚ ਬੈਠਣਾ ਔਖਾ, ਇੱਥੇ ਇੰਨੀ ਜ਼ਿਆਦਾ ਗੰਦੀ ਸਮੈਲ ਆਉਂਦੀ ਆ। ਉਸ ਤੋਂ ਬਾਅਦ ਫਿਰ ਅਸੀਂ 2-3 ਦਿਨ ਪਹਿਲਾਂ ਜਾ ਕੇ ਈਓ ਸਾਹਿਬ ਨੂੰ ਮਿਲ ਕੇ ਆਏ ਤਾਂ ਸਾਨੂੰ ਉਹਨਾਂ ਨੇ ਇਹ ਕਿਹਾ ਕਿ ਤੁਹਾਨੂੰ ਭਰੋਸਾ ਦਿੰਦੇ ਹਾਂ ਕਿ ਅਸੀਂ ਤੁਹਾਡੇ ਕੋਲ ਕੱਲ੍ਹ ਨੂੰ ਫੈਬਰਿਕ ਦਾ, ਉਹ ਕਹਿੰਦੇ ਜੇ ਅੱਜ ਹੀ ਆਊਗਾ ਦੁਪਹਿਰ ਤੱਕ ਜਿਹੜਾ ਬਣਾਉਣ ਵਾਲਾ, ਨਹੀਂ ਤਾਂ ਕੱਲ੍ਹ ਨੂੰ ਤਾਂ ਪੱਕਾ। ਉਹ ਗੱਲ ਨੂੰ ਫਿਰ 2 ਦਿਨ ਲਾਂਗੇ, ਅਸੀਂ ਫਿਰ ਕੰਟੈਕਟ ਕੀਤਾ ਜਾ ਕੇ, ਫਿਰ ਕਹਿੰਦੇ ਹਾਂਜੀ ਆਉਂਦੇ ਹਾਂ ਜੀ ਆਉਂਦੇ ਹਾਂ, ਕੋਈ ਹੱਲ ਨਹੀਂ ਇਹਦਾ। ਨਾਲ ਜਿਹੜੀ ਇੰਟਰਲੋਕ ਟਾਇਲ ਲੱਗੀ ਆ ਦੇਖ ਲਓ, ਇਹਦੇ ਵਿੱਚ ਪਾਣੀ ਪਈ ਜਾਂਦਾ, ਇੰਨੇ ਪਲਾਟ ਦੇ ਵਿੱਚ ਇਕੱਠਾ ਹੋ ਰਿਹਾ ਜਿਹਦੇ ਨਾਲ ਇੱਕ ਹੋਸਪਿਟਲ ਆ ਤੇ ਸਾਡੀ ਇੱਥੇ ਦੁਕਾਨ ਆ ਤੇ ਆਸ ਪਾਸ ਦੇ ਲੋਕ। ਔਰ ਦੂਜੀ ਗੱਲ ਜੇ ਵੀ ਅਜੇ ਤੁਹਾਨੂੰ ਦੱਸ ਦਈਏ, ਇੱਥੇ ਘੱਟ ਤੋਂ ਘੱਟ ਹਰ ਇੱਕ 2-3 ਦਿਨ ਕੋਈ ਨਾ ਕੋਈ ਬੱਚਾ ਜਾਂ ਕੋਈ ਜਿਹੜਾ ਆ ਜਾਂਦਾ, ਜਾਨਵਰ ਆ ਜਾਂਦਾ, ਨਹੀਂ ਪਤਾ ਕੁੱਤਿਆਂ ਦੇ ਬੱਚੇ ਆ ਜਾਂਦੇ ਉਹ ਡਿੱਗਦੇ ਆ ਤੇ ਇਨਸਾਨ ਵੀ ਡਿੱਗਦੇ ਆ ਇਹਦੇ ਵਿੱਚ, ਤੇ ਅਸੀਂ ਘੱਟ ਤੋਂ ਘੱਟ 20 ਬੰਦੇ ਤਾਂ ਅਸੀਂ ਖੁਦ ਕੱਢ ਚੁੱਕੇ ਹਾਂ ਤੇ ਇੱਥੇ ਬੈਠਦੇ ਹਾਂ, ਕੁਰਸੀ ਲਾ ਕੇ ਅਲਰਟ ਕਰਦੇ ਹਾਂ ਬਾਈ ਇੱਧਰ ਨਾ ਲੰਘੋ ਕਿਉਂਕਿ ਬਹੁਤ ਕੰਮ ਖਰਾਬ ਆ, ਠੀਕ ਹੈ, ਇਹ ਬਿਮਾਰੀਆਂ ਦਾ ਕਾਰਨ ਬਣਦਾ, ਠੀਕ ਹੈ। ਸਾਡੀ ਬੇਨਤੀ ਪ੍ਰਸ਼ਾਸਨ ਨੂੰ, ਪਹਿਲੀ ਗੱਲ ਤਾਂ ਬੇਨਤੀ ਤਾਂ ਅਸੀਂ ਬਹੁਤ ਵਾਰੀ ਕਰ ਚੁੱਕੇ ਹਾਂ, ਅੱਜ ਅਸੀਂ ਅੱਕ ਚੁੱਕੇ ਹਾਂ ਤੇ ਕੋਈ ਵੀ ਇੱਥੇ ਨਹੀਂ ਆਉਂਦਾ, ਕੋਈ ਸਾਡੀ ਸਾਰ ਨਹੀਂ ਲੈਂਦਾ ਤੇ ਅਸੀਂ ਬਹੁਤ ਵਾਰੀ ਇਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਹੁਣ ਸਾਨੂੰ ਕੋਈ ਸਮਝ ਨਹੀਂ ਆਉਂਦੀ ਕਿ ਇਹਦਾ ਹੱਲ ਕੀ ਹੈ। ਸਾਡਾ ਪ੍ਰਸ਼ਾਸਨ ਨੂੰ ਫਿਰ ਬੇਨਤੀ ਆ ਕਿ ਇਹਦਾ ਹੱਲ ਕਰ ਦਿਓ ਸਰ, ਬੱਚੇ ਵੀ ਇੱਥੇ ਆਉਂਦੇ ਆ, ਠੀਕ ਹੈ, ਤੇ ਰਾਤ ਵਾਸਤੇ ਕੋਈ ਕੁੱਤਾ ਡਿੱਗ ਪਿਆ ਜਾਂ ਕੁਛ ਹੋਰ ਹੋ ਗਿਆ ਤੇ ਨੁਕਸਾਨ ਬਹੁਤ ਹੋਊਗਾ। ਪਹਿਲੀ ਗੱਲ ਤਾਂ ਹੋ ਹੀ ਰਿਹਾ ਕਿਉਂਕਿ ਜਿਹੜੀ ਇੰਟਰਲੋਕ ਟਾਇਲ ਲੱਗੀ ਨੂੰ 3 ਮਹੀਨੇ ਹੋ ਗਏ, 4 ਮਹੀਨੇ ਹੁਣੇ ਬੈਠ ਚੱਲੀ ਸਾਰੀ ਇਹ, ਇਹਦੇ ਨਾਲ ਕੋਈ ਸਾਡੇ ਕੋਲ ਅਧਿਕਾਰੀ ਨਹੀਂ ਪਹੁੰਚਦਾ, ਅਸੀਂ ਬੇਨਤੀ ਕਰਕੇ ਥੱਕ ਚੁੱਕੇ ਹਾਂ ਸਰ। ਇਹਦੇ ਨਾਲ ਮੱਛਰ ਬਹੁਤ ਜ਼ਿਆਦਾ ਬਣ ਰਿਹਾ ਜੀ, ਮੱਛਰ ਨਾਲ ਮਲੇਰੀਆ, ਡੇਂਗੂ ਦੀ ਪ੍ਰੋਬਲਮ ਆ ਰਹੀ ਹੈ। ਪੇਸ਼ੈਂਟ ਜਿਹੜੇ ਬੈਠਦੇ ਆ ਵੇਟਿੰਗ ਦੇ ਵਿੱਚ, ਉਹਨਾਂ ਨੂੰ ਵੀ ਪ੍ਰੋਬਲਮ ਦਾ ਕਾਫੀ ਕਰਨਾ ਪੈ ਰਿਹਾ ਹੈਗਾ, ਅਤੇ ਕਿੰਨੀ ਜ਼ਿਆਦਾ ਸਮੈਲ ਆ ਰਹੀ ਹੈ, ਇੱਥੇ ਰਹਿਣਾ ਔਖਾ ਹੋ ਗਿਆ। ਜੇ ਕੋਈ ਹੱਲ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ ਗੱਲ ਹੈ। ਇਸ ਤੋਂ ਬਾਅਦ ਈਓ ਸਾਹਿਬ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਦਾ ਕੀ ਕਹਿਣਾ ਇਸ ਮਸਲੇ ਤੇ। ਜੇਵੀਐਸ ਟਾਈਮ ਤੋਂ ਜਗਵੀਰ ਆਜ਼ਾਦ ਦੀ ਵਿਸ਼ੇਸ਼ ਰਿਪੋਰਟ। ਸਰ ਜਗਵੀਰ ਆਜ਼ਾਦ ਗੱਲ ਕਰ ਰਹੇ ਹਾਂ, ਪੱਤਰਕਾਰ। ਹਾਂਜੀ ਸਰ, ਬਰਨਾਲਾ ਰੋਡ ਤੇ ਨਾ ਮਾਲਵਾ ਟੈਂਟ ਹਾਊਸ ਔਰ ਪਾਣੀ ਨੂੰ ਲੈ ਕੇ ਜੀ ਕਾਫੀ ਉਹ ਕਹਿੰਦੇ ਸਮੱਸਿਆ ਆ ਰਹੀ ਆ, ਤੇ ਉਹ ਕਦੋਂ ਤੱਕ ਹੋ ਸਕਦਾ ਜੀ ਹੱਲ? ਉਹ ਕਹਿੰਦੇ ਨਹੀਂ, ਉਹ ਤਾਂ ਨਾਲਾ ਟੁੱਟਿਆ ਹੋਇਆ, ਬਿਲਡਿੰਗ ਤਾਂ ਸਰ ਅਲੱਗ ਆ ਨਾ, ਉਹ ਜਿੱਥੇ ਪਾਣੀ ਖੜਦਾ ਮਾਲਵਾ ਟੈਂਟ ਹਾਊਸ ਦੇ ਬਿਲਕੁਲ ਨੇੜੇ, ਪਾਣੀ ਉਲਟਾਂ ਜਿਹੀਆਂ ਲਾਈਆਂ ਹੋਈਆਂ ਨੇ ਉਹਨਾਂ ਦੇ ਵਿੱਚ ਜਾ ਰਿਹਾ। ਨਹੀਂ, ਜਿਹੜੀ ਦੀਵਾਰ ਲਾਈ ਉਹਨਾਂ ਦੀ ਨਵੀਂ, ਉਹਨਾਂ ਦੀ ਗੱਲ ਕਰਦੇ ਹੋ ਜੀ? ਹਾਂਜੀ 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 ਹਾਂਜੀ, ਉਹ ਰਿਪੇਅਰ ਲਾਉਣੀ, ਮੈਨੂੰ ਕੱਲ ਮੇਰੇ ਕੋਲ ਬੰਦੇ ਹੋ ਕੇ ਗਏ ਆ, ਉਹ ਠੇਕੇਦਾਰ ਨੂੰ ਮੈਂ ਕਹਿਤਾ ਵਾ ਰਿਪੇਅਰ ਵਾਲੇ ਨੂੰ, ਹਾਂਜੀ, ਉਹ ਲਾ ਦੂ ਲੇਬਰ, ਸਵੇਰੇ ਸ਼ਾਮ ਸ਼ੁਰੂ ਹੋ ਜੂਗਾ ਕੰਮ ਜੀ, ਕਰਾ ਦੇਣਗੇ, ਕੋਈ ਚੱਕਰ ਨਹੀਂ। ਉਹ ਕਿਸੇ ਦਾ ਮਕਾਨ ਬਣਾਉਣਾ, ਕਿਸੇ ਨੇ ਬਿਲਡਿੰਗ ਬਣਾਉਣੀ ਸੀ ਉੱਥੇ, ਉਹਨਾਂ ਨੇ ਜਿਹੜਾ ਕਿਰਾਇਆ ਸੀ ਉਹ ਦੀਵਾਰ ਉਹਨਾਂ ਨੇ ਖੜੀ ਕਰ ਲਈ ਆ, ਹੁਣ ਨਾਲਿਆਂ ਦੀ ਜਿਹੜੀ ਰਿਪੇਅਰ ਅਸੀਂ ਦਵਾ ਦਾਂਗੇ। ਕੱਲ ਤੱਕ ਹੋ ਜੂ ਸਰ? ਕੱਲ ਲੱਗ ਜਾਏਗਾ, ਕੱਲ ਲੱਗ ਜਾਣਾ। Thank you.